ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਕੁਰਾਲੀ ਫੁੱਟਬਾਲ ਖੇਡ ਦੀ ਗੱਲ ਅੱਜ ਦੁਬਾਰਾ ਫੇਰ ਕਰਨ ਜਾ ਰਹੇ ਹਾਂ, ਜਿੱਥੇ ਫੁੱਟਬਾਲ ਖੇਡ ਦਾ ਮਿਆਰ ਉੱਚਾ ਚੁੱਕਣ ਦੇ ਲਈ ਲਗਾਤਾਰ ਫੁੱਟਬਾਲ ਦੇ ਜਿਹੜੇ ਖਿਡਾਰੀ ਨੇ, ਕੋਚ ਨੇ, ਉਹ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ। ਜਿਵੇਂ ਹੀ ਛੁੱਟੀਆਂ ਸਕੂਲਾਂ ਦੇ ਵਿੱਚ ਹੁੰਦੀਆਂ ਤਾਂ ਵੱਖ ਵੱਖ ਤਰ੍ਹਾਂ ਦੇ ਕੈਂਪ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ। ਸਟੈਪਿੰਗ ਸਟੋਨਸ ਫੁੱਟਬਾਲ ਐਂਡ ਫਿਟਨੈਸ ਅਕੈਡਮੀ ਸੈਕਟਰ 37 ਚੰਡੀਗੜ੍ਹ ਦੀ ਉਹ ਅਕੈਡਮੀ ਜਿਸ ਦੇ ਵਿੱਚ ਅੱਜ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਖੇਡਦੇ ਦੇਖ ਰਹੇ ਹਾਂ, ਜਿੱਥੇ 4 ਸਾਲ ਦੇ ਪਲੇਅਰ ਤੋਂ ਲੈ ਕੇ ਵੱਡੀਆਂ ਓਵਰਾਂ ਦੇ ਪਲੇਅਰ ਅੱਜ ਆਪਣੀ ਫੁੱਟਬਾਲ ਖੇਡ ਦਾ ਆਨੰਦ ਮਾਣ ਰਹੇ ਨੇ। ਫੁੱਟਬਾਲ ਟੀਮ ਦੇ ਕੋਚ ਜਸਮੀਤ ਸਿੰਘ ਮਿੰਟੂ ਜਿੱਥੇ ਇੱਥੇ ਪਹੁੰਚੇ ਨੇ, ਉੱਥੇ ਹੀ ਇੰਟਰਨੈਸ਼ਨਲ ਪੱਧਰ ਦੇ ਵੀ ਮੱਲਾਂ ਮਾਰਨ ਵਾਲੇ ਖਿਡਾਰੀ ਅੱਜ ਇੱਥੇ, ਕੋਚ ਸਾਹਿਬਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚੋਂ ਹਜ਼ਾਰਾਂ ਹੀ ਪਲੇਅਰ ਨਿਕਲੇ ਨੇ, ਉਹ ਵੀ ਅੱਜ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋਏ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰੋਗਰੈਸਿਵ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਜਗਦੀਸ਼ ਕੁਰਾਲੀ ਫੁੱਟਬਾਲ ਖੇਡ ਦੀ ਗੱਲ ਅੱਜ ਦੁਬਾਰਾ ਫੇਰ ਕਰਨ ਜਾ ਰਹੇ ਹਾਂ, ਜਿੱਥੇ ਫੁੱਟਬਾਲ ਖੇਡ ਦਾ ਮਿਆਰ ਉੱਚਾ ਚੁੱਕਣ ਦੇ ਲਈ ਲਗਾਤਾਰ ਫੁੱਟਬਾਲ ਦੇ ਜਿਹੜੇ ਖਿਡਾਰੀ ਨੇ, ਕੋਚ ਨੇ, ਉਹ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ। ਜਿਵੇਂ ਹੀ ਛੁੱਟੀਆਂ ਸਕੂਲਾਂ ਦੇ ਵਿੱਚ ਹੁੰਦੀਆਂ ਤਾਂ ਵੱਖ ਵੱਖ ਤਰ੍ਹਾਂ ਦੇ ਕੈਂਪ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ। ਸਟੈਪਿੰਗ ਸਟੋਨਸ ਫੁੱਟਬਾਲ ਐਂਡ ਫਿਟਨੈਸ ਅਕੈਡਮੀ ਸੈਕਟਰ 37 ਚੰਡੀਗੜ੍ਹ ਦੀ ਉਹ ਅਕੈਡਮੀ ਜਿਸ ਦੇ ਵਿੱਚ ਅੱਜ ਛੋਟੇ ਛੋਟੇ ਬੱਚਿਆਂ ਨੂੰ ਆਪਾਂ ਖੇਡਦੇ ਦੇਖ ਰਹੇ ਹਾਂ, ਜਿੱਥੇ 4 ਸਾਲ ਦੇ ਪਲੇਅਰ ਤੋਂ ਲੈ ਕੇ ਵੱਡੀਆਂ ਓਵਰਾਂ ਦੇ ਪਲੇਅਰ ਅੱਜ ਆਪਣੀ ਫੁੱਟਬਾਲ ਖੇਡ ਦਾ ਆਨੰਦ ਮਾਣ ਰਹੇ ਨੇ। ਆਪਣੇ ਜਿਹੜੇ ਉਹਨਾਂ ਦੇ ਹੁਨਰ ਨੇ ਉਹ ਦਿਖਾ ਰਹੇ ਨੇ। ਬੈਸਟ ਕੋਚ, ਬੈਸਟ ਜਿਹੜੇ ਤੁਹਾਡੇ ਫੁੱਟਬਾਲਰ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਕਿਸ ਤਰ੍ਹਾਂ ਦੇ ਮੈਚ ਨੇ, ਕਿੰਨਾ ਇੱਕ ਟਾਈਮ ਜਿਹੜੀ ਇੱਥੇ ਅਕੈਡਮੀ ਲੱਗਦੀ ਹੈ, ਕੋਚ ਸਾਹਿਬਾਨ ਕਿਸ ਲੈਵਲ ਦੇ ਨੇ, ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੀਆਂ ਤਸਵੀਰਾਂ। ਅਤੇ ਵੱਡੀ ਗੱਲ ਹੈ ਕਿ ਇੰਡੀਆ ਫੁੱਟਬਾਲ ਟੀਮ ਦੇ ਕੋਚ ਜਸਮੀਤ ਸਿੰਘ ਮਿੰਟੂ ਜਿੱਥੇ ਇੱਥੇ ਪਹੁੰਚੇ ਨੇ, ਉੱਥੇ ਹੀ ਇੰਟਰਨੈਸ਼ਨਲ ਪੱਧਰ ਦੇ ਵੀ ਮੱਲਾਂ ਮਾਰਨ ਵਾਲੇ ਖਿਡਾਰੀ ਅੱਜ ਇੱਥੇ, ਕੋਚ ਸਾਹਿਬਾਨ ਜਿਨ੍ਹਾਂ ਦੇ ਹੱਥਾਂ ਦੇ ਵਿੱਚੋਂ ਹਜ਼ਾਰਾਂ ਹੀ ਪਲੇਅਰ ਨਿਕਲੇ ਨੇ, ਉਹ ਵੀ ਅੱਜ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋਏ ਨੇ। ਦਿਖਾਉਂਦੇ ਹਾਂ ਤੁਹਾਨੂੰ ਅੱਜ ਇਸ ਖੇਡ ਮੈਦਾਨ ਦੀਆਂ ਝਲਕੀਆਂ ਅਤੇ ਨਾਲ ਹੀ ਗੱਲਬਾਤ ਕਰਦੇ ਹਾਂ ਆਏ ਹੋਏ ਮਹਿਮਾਨਾਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਨੇ ਫੁੱਟਬਾਲ ਖੇਡ ਦੇ ਬਾਰੇ ਅਤੇ ਕੀ ਮਿਆਰ ਜਿਹੜਾ ਫੁੱਟਬਾਲ ਖੇਡ ਦਾ ਦੁਨੀਆਂ ਦੇ ਵਿੱਚ ਬਣਦਾ ਜਾ ਰਿਹਾ ਹੈ। ਉਹ ਆਪਣੀ ਬਲੈਸਿੰਗ ਸੇ ਬਿਨਾਂ ਹੋਇਆ ਹੈ, ਔਰ ਉਸ ਸੇ ਬੜੀ ਬਲੈਸਿੰਗ ਇਹ ਹੈ ਕਿ ਆਜ ਹਮਾਰੇ ਅੰਦਰ ਇੱਕ ਇੰਡੀਆ ਕੇ ਕੋਚ ਖੜੇ ਹੈ, ਠੀਕ ਹੈ ਨਾ। ਤੋ ਇਹ ਕਲੈਪ ਹੋਤੀ ਹੈ ਉਨਕੇ ਲੀਏ। ਤੋ ਮੈਂ ਸਿਰਫ ਇਹ ਕਹਿਣਾ ਚਾਹੂੰਗਾ, ਆਪ ਲੋਗੋਂ ਨੇ ਮੇਰਾ ਬਹੁਤ ਸਾਥ ਦਿਆ ਹੈ ਮੇਰੀ ਸਟਰਗਲਿੰਗ ਪੇ। ਤੋ ਮੈਂ ਆਪ ਸੇ ਚਾਹੂੰਗਾ ਮੇਰਾ ਆਗੇ ਵੀ ਆਪ ਕਾ ਆਸ਼ੀਰਵਾਦ ਮੇਰੇ ਸਰ ਪੇ ਬਣਾ ਰਹੇਗਾ। ਤੋ ਮੈਂ ਵੀ ਹਮਾਰੇ ਮੇ ਸੇ ਕੁਛ ਬੱਚੇ ਇੰਡੀਆ ਕੇ ਲੀਏ ਨਿਕਲੇ, ਠੀਕ ਹੈ। ਤੋ ਥੈਂਕ ਯੂ ਵੈਰੀ ਮਚ, ਨਹੀਂ ਨਹੀਂ ਥੈਂਕ ਯੂ ਮੈਮ, ਥੈਂਕ ਯੂ। ਮੈਮ ਤੋਂ ਇੱਕ ਡੇਢ ਸਾਲ ਤੋਂ ਦੇਖੀ ਰਹੇ, ਬਹੁਤ ਜ਼ਿਆਦਾ ਸਪੋਰਟਿਵ ਹੋ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ ਮੈਮ। ਸਰ ਅੱਜ ਬੱਚੋਂ ਕੋ ਫੁੱਟਬਾਲ ਕੇ ਮੈਚ ਕਰਵਾਏ ਜਾ ਰਹੇ ਹੈ, ਕੌਣ ਕੌਣ ਸੇ ਮੈਚ ਕਰਵਾਏ ਹੋ? ਸਰ ਇਹ ਅੰਡਰ, ਥੈਂਕ ਯੂ ਸਰ, ਇਹ ਅੰਡਰ 10 ਅੰਡਰ 12 ਦੇ ਮੈਚ ਸੀਗੇ, ਇੰਟਰ ਹਾਊਸ ਮੈਚ ਸੀਗੇ ਆਪਸ ਵਿੱਚ। ਇਹ ਜਸਟ ਪ੍ਰੋਗਰੈਸ ਵਾਸਤੇ ਹੈ ਕਿ ਗ੍ਰਾਸਰੂਟ ਲੈਵਲ ਤੋਂ ਬਾਲ ਫੁੱਟਬਾਲ ਨੂੰ ਚੱਕਿਆ ਜਾ ਸਕੇ, ਉਠਾਇਆ ਜਾਵੇ, ਠੀਕ ਹੈ। ਜੋ ਕਿ ਮੈਂ ਵੀ ਹੁਣ ਤੋਂ ਸ਼ੁਰੂਆਤ ਕਰਾਂਗੇ ਅਤੇ ਅੱਗੇ ਜਾ ਕੇ ਕੁਛ ਪਲੇਅਰ ਸਾਡੇ ਇੰਡੀਆ ਲੈਵਲ ਲਈ ਨਿਕਲਣਗੇ, ਠੀਕ ਹੈ। ਪਹਿਲਾਂ ਪਲੈਨਿੰਗ ਕਰਨੀ, ਪ੍ਰੀ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਅਗਰ ਅਸੀਂ ਪ੍ਰੀ ਪਲੈਨਿੰਗ ਨਹੀਂ ਕਰਕੇ ਚਲਾਂਗੇ ਤਾਂ ਸਾਡਾ ਫੁੱਟਬਾਲ ਇੰਡੀਆ ਲੈਵਲ 'ਚ ਜਿੰਨਾ ਵਧਿਆ ਉਸ ਤੋਂ ਹੋਰ ਘੱਟ। ਕਾਫੀ ਛੋਟੇ ਛੋਟੇ ਬੱਚੇ ਦੇਖਣ ਨੂੰ ਮਿਲ ਰਹੇ ਸੀ, ਜਿਸ ਤਰ੍ਹਾਂ ਏਜ ਗਰੁੱਪ ਨੂੰ ਤੁਸੀਂ ਦੱਸਿਆ ਛੋਟੇ ਬੱਚਿਆਂ ਦੇ, ਜਾਂ ਕਿੰਨਾ ਟਫ ਹੁੰਦਾ ਛੋਟੇ ਬੱਚੇ ਨੂੰ ਗਾਈਡ ਕਰਨ ਦੇ ਲਈ?
ਸਰ ਦੇਖੀਏ ਟਫ ਤਾਂ ਹੁੰਦਾ ਨਹੀਂ ਹੈ ਇੰਨਾ ਕਾ, ਬਸ ਇਹ ਹੈ ਕਿ ਆਪਾਂ ਕਾਉਂਸਲਿੰਗ ਬੱਚੇ ਦੀ ਟਾਈਮ ਟੂ ਟਾਈਮ ਕਰਦੇ ਰਹੀਏ, ਕੁਛ ਫਨ ਗੇਮਸ ਰਿਲੇਟ ਬੱਚਿਆਂ ਨੂੰ ਆਪਾਂ ਖਿਲਾਈਏ, ਡਰਿਲਸ ਇਸ ਤਰ੍ਹਾਂ ਨਾਲ ਸਿੰਪਲ ਕਰੀਏ, ਸਮਝਾਈਏ ਸਿੰਪਲ ਕਿ ਬੱਚਾ ਸਮਝੇ। ਉਸ ਤੋਂ ਪਹਿਲਾਂ ਸਰ ਸਾਨੂੰ ਪ੍ਰੀਪੇਅਰ ਹੋਣਾ ਪੈਂਦਾ, ਸਾਨੂੰ ਸੈਸ਼ਨ ਪਲਾਨ ਕਰਨਾ ਪੈਂਦਾ, ਉਸ ਤੋਂ ਬਾਅਦ ਜਾ ਕੇ ਅਸੀਂ ਬੱਚਿਆਂ ਨੂੰ ਸਮਝਾਉਂਦੇ ਹਾਂ, ਅਤੇ ਸਾਨੂੰ ਇੰਨੇ 'ਚ ਕੋਈ ਟਫ ਨਹੀਂ ਹੁੰਦਾ ਬੱਚਿਆਂ ਨੂੰ ਕਰਵਾਉਣਾ। ਸਰ ਦੇਖੀਏ ਫਿਊਚਰ ਇਸ ਹਿਸਾਬ ਨਾਲ ਅਸੀਂ ਦੇਖ ਰਹੇ ਹਾਂ ਕਿ ਅੱਗੇ ਬਹੁਤ ਬ੍ਰਾਈਟ, ਜਿਸ ਹਿਸਾਬ ਨਾਲ ਫੁੱਟਬਾਲ ਇਸ ਹਿਸਾਬ ਨਾਲ ਇੱਕ ਫੈਸਟੀਵਲ ਦੇ ਤੌਰ 'ਤੇ ਆਇਆ, ਕਾਫੀ ਜਣੇ ਪੇਰੈਂਟਸ ਨੂੰ ਮੈਂ ਬੜਾ ਖੁਸ਼ ਹਾਂ ਕਿ ਪੇਰੈਂਟਸ ਬਹੁਤ ਜਾਗਰੂਕ ਹੋ ਰਹੇ ਹਾਂ ਗੇਮਸ ਨੂੰ ਲੈ ਕੇ, ਈਵਨ ਫੁੱਟਬਾਲ ਨੂੰ ਹੀ ਸਾਰੀ ਗੇਮਸ ਨੂੰ ਲੈ ਕੇ ਬਹੁਤ ਜਾਗਰੂਕ ਹੋ ਰਹੇ ਹਾਂ। ਪਹਿਲਾਂ 10 ਸਾਲ ਪਹਿਲਾਂ 20 ਸਾਲ ਪਹਿਲਾਂ ਇਸ ਤੋਂ ਪਹਿਲਾਂ ਜਾਗਰੂਕ ਨਹੀਂ ਸੀ, ਬਹੁਤ ਲੇਟ ਫੁੱਟਬਾਲ ਸਟਾਰਟ ਕੀਤੀ ਜਾਂਦੀ ਸੀ, ਬਟ ਹੁਣ ਜਿਹੜੇ ਹੈਗੇ ਆ ਉਹ ਅੰਡਰ 5 ਤੋਂ ਬੱਚੇ ਸਟਾਰਟ ਕੀਤੇ ਜਾ ਰਹੇ ਆ ਫੁੱਟਬਾਲ। ਹਾਂਜੀ, ਬਹੁਤ ਵਧੀਆ ਕਹਿਣਾ ਚਾਹੂੰਗਾ ਸ਼੍ਰੀਮਾਨ ਜਸਮੀਤ ਸਰ ਦਾ ਕਿ ਸਾਡੇ ਬਲੈਸਿੰਗਸ ਵਾਲੀ ਗੱਲ ਹੈ ਕਿ ਉਹ ਸਾਡੇ ਵਿੱਚ ਪਹੁੰਚੇ ਨੇ, ਅਤੇ ਸਾਡੇ ਨਾਲ ਉਹਨਾਂ ਨੇ ਟਾਈਮ ਸਪੈਂਡ ਕੀਤਾ, ਉਹ ਮੇਰੇ ਕਾਫੀ ਮੈਂਟੋਰ ਰਹੇ ਨੇ ਜਦੋਂ ਮੈਂ ਖੇਡਦਾ ਰਿਹਾ, ਇੱਕ ਸੀਨੀਅਰ ਪਲੇਅਰ ਦੇ ਤੌਰ 'ਤੇ, ਸੀਨੀਅਰ ਮੈਂਟੋਰ ਦੇ ਤੌਰ 'ਤੇ, ਸੀਨੀਅਰ ਕੋਚ ਦੇ ਤੌਰ 'ਤੇ ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ ਅੱਗੇ। ਈਵਨ ਮੈਨੂੰ ਨਹੀਂ, ਮੇਰੀ ਸਿਸਟਰ ਇੱਕ ਆਲ ਇੰਡੀਆ ਲੈਵਲ 'ਚ ਫੁੱਟਬਾਲ ਖੇਡਦੀ ਰਹੀ ਹੈ, ਉਹਨੂੰ ਵੀ ਬਹੁਤ ਹੈਲਪ ਕੀਤੀ ਉਹਨਾਂ ਨੇ, ਠੀਕ ਹੈ। ਬਹੁਤ ਵਧੀਆ ਕੋਚਿੰਗ ਡਰਿਲਸ ਦਿੰਦੇ ਨੇ ਉਹ, ਐਜ਼ ਦਾ ਬੈਸਟ ਗੋਲਕੀਪਰ ਉਹਨਾਂ ਨੇ ਇੰਡੀਆ ਲਈ ਵੀ ਕੱਢੇ ਨੇ, ਠੀਕ ਹੈ, ਔਰ ਇੰਡੀਆ ਦੀ ਗਰਲਸ ਲਈ ਕੱਢੇ ਨੇ, ਅਤੇ ਮੈਂ ਤਾਂ ਬਲੈਸਡ ਫੀਲ ਕਰਦਾ ਕਿ ਜਸਮੀਤ ਸਰ ਵਰਗੇ ਸਾਡੇ ਵਿੱਚ ਮੌਜੂਦ ਰਹੇ। ਸਰ ਸਾਡੇ ਜਿਹੜੀ ਅਕੈਡਮੀ ਦਾ ਨਾਮ ਹੈ ਉਹ ਸਟੈਪਿੰਗ ਸਟੋਨਸ ਅਕੈਡਮੀ ਹੈ, 37D ਸੈਕਟਰ ਚੰਡੀਗੜ੍ਹ, ਸੈਕਟਰ 37D ਚੰਡੀਗੜ੍ਹ ਦੇ ਵਿੱਚ ਸਥਾਪਿਤ ਹੈ, ਠੀਕ ਹੈ। ਅਤੇ ਮੈਂ ਜਿਹੜੀ ਟ੍ਰੇਨਿੰਗ ਹੈ ਇਹ 1.5 ਘੰਟੇ ਜੂਨੀਅਰਸ ਦੀ ਅਤੇ 1.5 ਘੰਟਾ ਸੀਨੀਅਰਸ ਨੂੰ ਦਿੰਦਾ, ਠੀਕ ਹੈ। ਅਤੇ ਸਾਡਾ ਜਿਹੜਾ ਸਕੈਡਿਊਲ ਰਹਿੰਦਾ ਹੈ ਉਹ ਟਾਈਮ ਟੂ ਟਾਈਮ 1.5 ਘੰਟੇ ਦੀ ਫਿਟਨੈਸ ਰਹਿੰਦੀ ਹੈ, ਅਤੇ 1 ਘੰਟੇ ਦਾ ਫੁੱਟਬਾਲ ਵਰਕ ਰਹਿੰਦਾ ਜਿਹੜਾ ਆਪਾਂ ਡ੍ਰਿਲਸ ਦੇ ਉੱਤੇ ਕੰਮ ਕੀਤਾ ਜਾਂਦਾ। ਸਰ ਮੈਂ ਤਾਂ ਪਲੇਅਰਸ ਨੂੰ ਸਿੰਪਲ ਇਹ ਕਹਿਣਾ ਚਾਹੂੰਗਾ ਕਿ ਆਪਣਾ ਤੁਸੀਂ ਪੂਰਾ ਫੋਕਸ ਪੜ੍ਹਾਈ 'ਤੇ ਆਪਣੇ ਖੇਡਣ ਦੇ ਵਿੱਚ ਲਾਓ, ਠੀਕ ਹੈ, ਅੱਛਾ ਖਾਓ, ਅੱਛਾ ਪੀਓ, ਆਪਣਾ ਰਿਕਵਰੀ ਨੂੰ ਸਭ ਤੋਂ ਇੰਪੋਰਟੈਂਟ, ਆਪਣਾ ਰਿਕਵਰੀ ਨੂੰ ਦੇਵੋ, ਠੀਕ ਹੈ। ਮੋਬਾਈਲ ਨੂੰ ਮਤ ਛੂ, ਠੀਕ ਹੈ, ਮੋਬਾਈਲ ਤੋਂ ਐਡਵਾਂਟੇਜਿਸ ਚੀਜ਼ਾਂ ਲਓ, ਡਿਸਐਡਵਾਂਟੇਜਿਸ ਮਤ ਲਓ, ਠੀਕ ਹੈ। ਦੂਜੀ ਚੀਜ਼ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੇ ਇੰਟਰਨੈਸ਼ਨਲ ਪਲੇਅਰਸ ਆ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹੀ ਹੈ, ਠੀਕ ਹੈ। ਉਹ ਤਾਂ ਸਿੰਪਲ ਪਲੇਅਰਸ ਵਿੱਚ ਖਾਣ ਪੀਣ ਦਾ ਕੋਈ ਇੰਨਾ ਅੰਤਰ ਨਹੀਂ ਹੈਗਾ, ਬਟ ਇਹ ਹੈ ਕਿ ਉਹ ਆਪਣਾ ਟਾਈਮ ਪ੍ਰੋਪਰ ਰਿਕਵਰੀ ਨੂੰ ਦਿੰਦੇ ਆ, ਠੀਕ ਹੈ। ਬਸ ਸਾਡੇ ਵਿੱਚ ਇਹ ਇੱਕ ਐਡਵਾਂਟੇਜ ਔਰ ਡਿਸਐਡਵਾਂਟੇਜ ਰਿਹਾ ਹੈ ਕਿ ਉਹ ਕੁਝ ਚੀਜ਼ਾਂ ਸਾਡੇ ਤੋਂ ਪਹਿਲਾਂ ਸਮਝ ਗਏ ਨੇ, ਅਸੀਂ ਬਾਅਦ 'ਚ ਸਮਝਾਂਗੇ ਜੀ। ਥੈਂਕ ਯੂ ਜੀ, ਥੈਂਕ ਯੂ ਸਰ। ਛੋਟੇ ਛੋਟੇ ਬੱਚਿਆਂ ਦੇ ਅੱਜ ਫੁੱਟਬਾਲ ਦੇ ਮੈਚ ਦੇਖਣ ਨੂੰ ਮਿਲੇ ਹੋ, ਤੁਸੀਂ ਜੀਪੀਐਸ ਦੇ ਤੌਰ ਤੇ ਪਹੁੰਚੇ ਹੋ, ਕਿਵੇਂ ਸਰ ਬੱਚਿਆਂ ਦਾ ਫਿਊਚਰ ਦੇਖਦੇ ਹੋ ਔਰ ਕੀ ਬੱਚਿਆਂ ਨੂੰ ਕਹਿਣਾ ਚਾਹੋਗੇ? ਰੀਅਲੀ ਮੋਟੀਵੇਸ਼ਨ ਸੀਗਾ ਬਹੁਤ ਜ਼ਿਆਦਾ ਇਹ, ਮੈਂ ਸਰਪ੍ਰਾਈਜ਼ ਹੋ ਗਿਆ ਕਿ ਇੰਡੀਆ ਦੇ ਵਿੱਚ ਵੀ ਇਹ ਸ਼ੁਰੂ ਹੋ ਗਿਆ ਹੈ ਇੱਦਾਂ ਦਾ ਕੰਮ ਹੈਗਾ। ਇਹ ਦੇਖਣ ਨੂੰ ਸਾਨੂੰ ਯੂਰਪ ਦੇ ਵਿੱਚ ਮਿਲਦਾ ਹੈਗਾ ਬਹੁਤ ਜ਼ਿਆਦਾ ਹੈਗਾ, ਪਰ ਇਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਪੇਰੈਂਟਸ ਦਾ ਜਿਹੜਾ ਸਪੋਰਟ ਸੀ ਹੈਗੀ ਉਹ ਬਹੁਤ ਜ਼ਿਆਦਾ ਸੀ ਹੈਗੀ। ਇਹ ਬੜੀ ਖੁਸ਼ੀ ਦੀ ਗੱਲ ਹੈਗੀ ਆ ਕਿ ਇੰਡੀਆ ਦੇ ਵਿੱਚ ਇਹ ਚੱਲ ਪਿਆ ਹੈਗਾ, ਇਹਦੇ ਨਾਲ ਕਰਦੇ ਇੰਡੀਆ ਦੀ ਜਿਹੜੀ ਹਾਇਰ ਲੈਵਲ 'ਤੇ ਬੱਚੇ ਪਹੁੰਚਣਗੇ। ਜੇ ਅਗਰ ਇਹ ਇੱਦਾਂ ਹੀ ਚੱਲਦਾ ਰਿਹਾ ਵਰਲਡ ਦੇ ਵਿੱਚ ਕਿਤੇ ਨਾ ਕਿਤੇ ਇੰਡੀਆ ਦਾ ਵੀ ਨਾਮ ਹੋ ਗਿਆ। ਬੱਚਿਆਂ ਦੇ ਸਰ ਫਿਊਚਰ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਬ੍ਰਾਈਟ ਹੈਗਾ, ਜਿੱਦਾਂ ਮੋਟੀਵੇਸ਼ਨ ਕੀਤਾ ਜਾਂਦਾ ਬੱਚਿਆਂ ਨੂੰ, ਅਤੇ ਜਿਹੜੀ ਅਕੈਡਮੀ ਹੈ ਇਹ ਇਹਨਾਂ ਨੇ ਬੜੇ ਤਰੀਕੇ ਅਰੇਂਜ ਕੀਤਾ ਹੈਗਾ, ਅਤੇ ਬਹੁਤ ਵਧੀਆ ਅਰੇਂਜ ਕੀਤਾ, ਅਤੇ ਟੀਮਾਂ ਜਿੱਦਾਂ ਡਿਵਾਈਡ ਕਰਕੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਹੈਗੇ ਆ, ਰੀਅਲੀ ਐਪਰੀਸ਼ੀਏਟ ਕੀਤਾ ਗਿਆ। ਸਰ ਇੱਥੇ ਨੈਸ਼ਨਲ ਕੋਚ ਆਏ ਨੇ, ਤੁਸੀਂ ਇੰਟਰਨੈਸ਼ਨਲ ਲੈਵਲ ਤੇ ਫੁੱਟਬਾਲ ਨੂੰ ਦੇਖਦੇ ਹੋ, ਖੇਡਦੇ ਹੋ, ਖਿਲਾਉਂਦੇ ਹੋ, ਕੀ ਫੁੱਟਬਾਲ ਦਾ ਫਿਊਚਰ ਲੱਗਦਾ ਹੈ ਜੀ
ਇੰਡੀਆ ਦੇ ਵਿੱਚ ਜਾਂ ਫੋਰਨ ਦੇ ਵਿੱਚ? ਨਹੀਂ ਨਹੀਂ ਨਹੀਂ, ਇਹ ਹੈ ਬਈ ਸਟਾਰਟ ਜਿੱਦਾਂ ਹੋ ਗਿਆ ਹੈਗਾ, ਇਹ ਦਿਨ ਦੂਰ ਨਹੀਂ ਹੈਗਾ, ਬਹੁਤ ਹਰ ਲੈਵਲ ਤੇ ਪਹੁੰਚ ਸਕਦਾ ਹੈਗਾ। ਜਿੱਦਾਂ ਲੱਗੇ ਹੋਏ, ਜਿੱਦਾਂ ਅਕੈਡਮੀਆਂ ਸ਼ੁਰੂ ਹੋ ਗਈਆਂ ਹੈਗੀਆਂ, ਇਹ ਜ਼ਰੂਰ ਪਹੁੰਚੂਗਾ ਕਿਤੇ ਨਾ ਕਿਤੇ ਹੈਗਾ, ਜ਼ਰੂਰ ਹੈਗਾ। ਆਪਾਂ ਲੇਟ ਹੈ ਪਰ ਇੰਨੇ ਵੀ ਲੇਟ ਨਹੀਂ ਹੈਗੇ ਕਿ ਕਿਤੇ ਪਹੁੰਚ ਨਹੀਂ ਸਕਦੇ। ਬਹੁਤ ਮੋਟੀਵੇਸ਼ਨ ਹੈਗਾ, ਬੱਚੇ ਵੀ ਬਹੁਤ ਦਿਲ ਦੇ ਨਾਲ ਇਹ ਕਰ ਲੱਗੇ ਹੋਏ ਹੈਗੇ। ਫੁੱਟਬਾਲ ਖੇਡ ਬਾਕੀ ਖੇਡਾਂ ਤੋਂ ਕਿਸ ਤਰ੍ਹਾਂ ਅਲੱਗ ਮੰਨੀ ਜਾ ਸਕਦੀ? ਫੁੱਟਬਾਲ ਵਿੱਚ ਸਾਰੀ ਐਕਸਰਸਾਈਜ਼ ਹੈਗੀ ਆ। ਫੁੱਟਬਾਲ ਐਸੀ ਚੀਜ਼ ਹੈਗੀ ਆ, ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਮੁਸ਼ਕਲ ਨਹੀਂ ਲੱਗਦੀ। ਜਿਹੜਾ ਸਪੋਰਟਸਮੈਨ ਹੈਗਾ ਉਹ ਹਮੇਸ਼ਾ ਜਿੱਤਣ ਦੀ ਕੋਸ਼ਿਸ਼ ਕਰਦਾ ਐਂਡ ਤੱਕ ਹੈਗਾ। ਅਤੇ ਇਹਦੇ ਨਾਲ ਹੋਣ ਦੇ ਨਾਲ ਕਿਆ ਕਰਦੇ ਹੈਗੇ ਆ, ਅਤੇ ਤੁਸੀਂ ਆਪਣੇ ਆਪ ਨੂੰ ਵੀ ਲਿਫਟ ਕਰਦੇ ਅਤੇ ਬਾਕੀ ਦੇ ਤੁਸੀਂ ਜਿਹੜਾ ਇਨਵਾਇਰਮੈਂਟ ਆ ਉਹਨੂੰ ਲਿਫਟ ਕਰਦੇ ਅਤੇ ਬਾਕੀ ਕੰਟਰੀ ਨੂੰ ਵੀ ਲਿਫਟ ਕਰਦੇ ਇਹਦੇ ਨਾਲ, ਤਾਂ ਤੁਹਾਡਾ ਨਾਮ ਹੁੰਦਾ ਹੈਗਾ। ਸਰ ਬੱਚਿਆਂ ਦੇ ਫਿਊਚਰ ਲਈ ਕੀ ਕਹੋਗੇ ਨਾ ਲਾਸਟ? ਇਹਨੂੰ ਲਾਸਟ ਕੀ, ਮੈਂ ਗੁੱਡ ਲੱਕ ਕਹਿੰਦਾ ਹੈਗਾ ਕਿ ਇੰਡੀਆ ਤੱਕ ਪਹੁੰਚਣੇ ਸਾਰੀ, ਜਿੱਦਾਂ ਸ਼ੁਰੂ ਹੋਇਆ ਹੈ ਇਹ ਕੰਮ ਖਤਮ ਨਾ ਹੋਵੇ, ਇੱਦਾਂ ਹੀ ਵੱਧਦਾ ਰਹੇ। ਥੈਂਕ ਯੂ ਸਰ। ਸਟੈਪਿੰਗ ਜੋ ਫੁੱਟਬਾਲ ਅਕੈਡਮੀ ਆ ਉਹਨਾਂ ਦੁਆਰਾ ਅੱਜ ਇੱਥੇ ਫੁੱਟਬਾਲ ਦੀ ਲੀਗ ਕਰਵਾਈ ਗਈ ਹੈ, ਚੀਫ ਗੈਸਟ ਦੇ ਤੌਰ ਤੇ ਪਹੁੰਚੇ ਹੋ, ਕੀ ਕਹਿਣਾ ਚਾਹੋਗੇ? ਦੇਖੋ ਮੈਂ ਪਹਿਲਾਂ ਤਾਂ ਵਧਾਈ ਦਵਾਂਗਾ ਪੰਕਜ ਨੂੰ, ਪੰਕਜ ਸੈਣੀਆ, ਉਹਦੀ ਸਿਸਟਰ ਅੰਜਲੀ ਹੈ ਅਤੇ ਸਾਰੀ ਫੈਮਿਲੀ ਨੇ ਬਹੁਤ ਵਧੀਆ, ਦੇਖੋ ਇਨੀਸ਼ੀਏਟਿਵ ਹੈ, ਛੋਟੇ ਛੋਟੇ ਬੱਚੇ ਹੈ ਅੰਡਰ 10 ਦੇ ਬੱਚੇ ਜਿਨ੍ਹਾਂ ਦੀ ਉਹਨਾਂ ਨੇ ਆਪਸ 'ਚ ਇੰਟਰ ਹਾਊਸ ਦੇ ਵਿੱਚ ਲੀਗ ਕਰਾਈ ਹੈ। ਅਤੇ ਦੇਖੋ ਸਾਰਿਆਂ ਨੂੰ ਐਪਰੀਸ਼ੀਏਸ਼ਨ ਮਿਲਿਆ ਹੈ, ਟੀਮਾਂ ਨੂੰ ਪ੍ਰਾਈਜ਼ ਦਿੱਤੇ ਨੇ, ਬੈਸਟ ਪਲੇਅਰ ਨਿਕਲਿਆ ਹੈ, ਬੈਸਟ ਗੋਲਕੀਪਰ ਨਿਕਲਿਆ ਹੈ, ਬੈਸਟ ਸਟ੍ਰਾਈਕਰ ਇਹਨਾਂ ਨੇ ਕੱਢਿਆ ਹੈ। ਮੈਂ ਬਹੁਤ ਆਪਣੇ ਵੱਲੋਂ ਬਹੁਤ ਖੁਸ਼ ਹਾਂ ਇਹਨਾਂ ਬੱਚਿਆਂ ਨੂੰ ਦੇਖ ਕੇ, ਅਤੇ ਮੈਂ ਪੰਕਜ ਜੀ ਉਹਨਾਂ ਨੂੰ ਵਧਾਈ ਦੇਣਾ ਹੈ ਇੱਦਾਂ ਦੇ ਕੋਚਾਂ ਨੂੰ ਜਿਹੜੇ ਕਿ ਇੱਕ ਪਲੇਟਫਾਰਮ ਦੇ ਰਹੇ ਨੇ ਬੱਚਿਆਂ ਨੂੰ, ਜੋ ਕਿ ਸਾਡੇ ਟਾਈਮ ਵਿੱਚ ਨਹੀਂ ਸੀ। ਅਤੇ ਮੈਂ ਬੜਾ ਧੰਨਵਾਦੀ ਹਾਂ ਇਹਨਾਂ ਐਜ਼ ਆ ਇੱਥੇ ਚੀਫ ਗੈਸਟ ਆਉਣ ਦਾ ਮੌਕਾ ਮਿਲੇ। ਸਰ ਵੱਡੇ ਪਲੇਅਰਾਂ ਦਾ ਖੇਡਦੇ ਦੇਖਿਆ, ਅੱਜ ਇੱਕ ਪਲੇਅਰ 4 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਕਿ ਉਹ ਛੋਟੇ ਛੋਟੇ ਬੱਚੇ ਵੀ 4-4 ਸਾਲ ਦੇ ਹੁਣ ਫੁੱਟਬਾਲ ਦੇ ਵਿੱਚ ਆਉਣ ਲੱਗ ਗਏ ਨੇ, ਕਿਵੇਂ ਦੇਖਦੇ ਹੋ ਫਿਊਚਰ ਬੱਚੇ? ਦੇਖੋ ਜੀ, ਇਹ ਕਹਿੰਦੇ ਆ ਨਾ ਵੀ ਅਗਰ ਬੱਚਿਆਂ ਨੂੰ ਚੇਟਕ ਸ਼ੁਰੂ ਤੋਂ ਲੱਗ ਜਾਵੇ 4 ਸਾਲ ਤੋਂ, ਤਾਂ ਬੱਚਾ ਕਿਤੇ ਨਾ ਕਿਤੇ ਮੁਕਾਮ 'ਤੇ ਜ਼ਰੂਰ ਪਹੁੰਚਦਾ ਹੈ। ਜੋ ਇਹ ਚੀਜ਼ ਆਪਾਂ ਨੂੰ ਉਰੇ ਦੇਖਣ ਨੂੰ ਮਿਲੀ ਹੈ, ਬਹੁਤ ਘੱਟ ਅਕੈਡਮੀਆਂ 'ਚ ਦੇਖਣ ਨੂੰ ਮਿਲਦੀ ਹੈ ਕਿ 4 ਸਾਲ ਤੋਂ ਹੀ ਬੱਚਾ ਗਰਾਊਂਡ ਦੇ ਵਿੱਚ ਆਉਣਾ ਚਾਲੂ ਕਰਦਾ ਹੈ, ਕਿਉਂਕਿ ਉਹ ਬਰੀਕੀਆਂ ਸਿੱਖਣੀ ਸ਼ੁਰੂ ਕਰ ਦੇਗਾ। ਪਹਿਲਾਂ ਤਾਂ ਕੀ ਹੈ, ਛੋਟੇ ਬੱਚਿਆਂ ਨੂੰ ਫਨ ਹੀ ਕਰਨਾ, ਬਾਲ ਨਾਲ ਫਨ ਕਰਦਾ ਰਹੇਗਾ, ਬਾਲ ਨਾਲ ਸਿੱਖਦਾ ਰਹੇਗਾ, ਤਾਂ ਡੈਫੀਨੇਟਲੀ ਇੱਕ ਨਾ ਇੱਕ ਦਿਨ ਉਹ ਇੰਡੀਆ ਵਾਸਤੇ ਜ਼ਰੂਰ ਖੇਡੇਗਾ ਅਤੇ ਚੰਗਾ ਪਲੇਅਰ ਬਣੇਗਾ। ਕੀ ਕਹਿਣਾ ਚਾਹੋਗੇ ਸਰ ਬੱਚਿਆਂ ਨੂੰ? ਦੇਖੋ ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਬੱਚੇ ਇੱਦਾਂ ਗਰਾਊਂਡਾਂ ਦੇ ਵਿੱਚ ਆਉਂਦੇ ਰਹਿਣ, ਅਤੇ ਮੈਂ ਸਭ ਤੋਂ ਜ਼ਿਆਦਾ ਵਧਾਈ ਦੇ ਪਾਤਰ ਦਿੰਦਾ ਉਹਨਾਂ ਦੇ ਮਾਤਾ ਪਿਤਾ ਨੂੰ, ਜਿਹੜੇ ਕਿ ਆਪਣਾ ਟਾਈਮ ਕੱਢ ਕੇ ਉਹਨਾਂ ਨੂੰ ਇੱਥੇ ਗਰਾਊਂਡਾਂ 'ਚ ਲੈ ਕੇ ਆਉਂਦੇ ਨੇ, ਕਿਉਂਕਿ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਪੇਰੈਂਟਸ ਪੂਰੀ ਸਪੋਰਟ ਕਰ ਰਹੇ ਹੈ ਬੱਚਿਆਂ ਨੂੰ। ਹੁਣ ਦੇਖੋ ਅਵੇਅਰਨੈਸ ਆ ਗਈ ਹੈ, ਪੇਰੈਂਟਸ ਦਿਨ ਪ੍ਰਤੀ ਦਿਨ ਆਪਣੇ ਬੱਚਿਆਂ ਬਾਰੇ ਜਾਗਰੂਕ ਹੋ ਗਏ ਨੇ, ਬੱਚੇ ਵੀ ਨਹੀਂ ਸਾਰਾ ਦਿਨ ਫੋਨ 'ਤੇ ਲੱਗੇ ਰਹਿੰਦੇ ਆ, ਵੀਡੀਓ ਗੇਮਾਂ ਖੇਡਦੇ ਰਹਿੰਦੇ, ਪਰ ਹੁਣ ਅਗਰ ਇੱਦਾਂ ਦੇ ਬੱਚਿਆਂ ਨੂੰ ਆਪਣੇ ਨੂੰ ਛੋਟੀ ਉਮਰ ਤੋਂ ਹੀ ਗਰਾਊਂਡਾਂ 'ਚ ਲੈ ਕੇ ਆਉਣਗੇ, ਬੱਚੇ ਤੰਦਰੁਸਤ ਵੀ ਰਹਿਣਗੇ, ਬੱਚੇ ਲਾਈਫ ਦੇ ਵਿੱਚ ਜੋ ਉਹਨਾਂ ਨੂੰ ਕੋਈ ਔਕੜਾਂ ਆਉਂਦੀਆਂ ਨੇ ਉਹਨਾਂ ਦਾ ਮੁਕਾਬਲਾ ਕਰਨ ਦੇ ਵੀ ਸਮਕਸ਼ ਹੋ ਜਾਂਦੇ ਨੇ ਬੱਚੇ। ਅਤੇ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਪੰਕਜ ਦਾ, ਅਤੇ ਬੜਾ ਖੁਸ਼ ਹੈ, ਸਾਨੂੰ ਖੁਸ਼ੀ ਮਹਿਸੂਸ ਹੋਈ ਹੈ ਕਿ ਇੱਦਾਂ ਦੇ ਟੂਰਨਾਮੈਂਟ ਹੋਰ ਵੀ ਉਹ ਫਿਊਚਰ 'ਚ ਕਰਾਉਂਦੇ ਰਹਿਣ।